ਲਿਮਟ ਲਈ ਉਹ ਵੀ ਨਹੀਂ ਮੁੜੀ, ਗੋਲਡਨ ਕਾਰਡ ਲਿਆ ਉਹ ਵੀ ਨਹੀਂ ਮੁੜਿਆ। ਬੇਈਮਾਨੀ ਸਾਡੀ ਕੋਈ ਨਹੀਂ ਵੀ ਅਸੀਂ ਬੇਈਮਾਨੇ ਆ ਵੀ ਬੈਂਕ ਤੋਂ ਲੈ ਲਿਆ ਤੇ ਮੋੜਨਾ ਨਹੀਂ। ਅਸੀਂ ਕਹਿੰਦੇ ਸਾਡੇ ਤਾਂ ਮੁੜਦਾ ਹੀ ਨਹੀਂ, ਕਿੱਥੋਂ ਮੋੜੀਏ? ਸੁਣੋ ਸਰਦਾਰ ਜੀ, ਮਟਰ ਬੀਜੇ ਨੇ, ਮਟਰਾਂ ਦੇ ਵਿੱਚ ਅਸੀਂ ਕੋਈ ਮਿਹਨਤ ਕਰਨ ਵਾਲੀ ਕਸਰ ਨਹੀਂ ਛੱਡੀ। ਆਪਦੇ ਹੱਥੀ ਇੱਕ ਇੱਕ ਡੱਕਾ ਗੰਦ ਪੱਟਿਆ, ਬੀਜੇ ਨੇ, ਗੋਡੇ ਨੇ, ਤੋੜੇ ਨੇ, ਮੰਡੀ ਲੈ ਕੇ ਗਏ ਆ ਤੇ ਮੰਡੀ ਜਾ ਕੇ ਰੇਟ ਕੀ ਪਿਆ? 6.5 ਰੁਪਏ। ਮੰਡੀ ਜਾ ਕੇ ਮਟਰਾਂ ਦਾ ਰੇਟ ਪਿਆ 6.5 ਰੁਪਏ। ਸਾਰਾ ਕੁਛ ਕਰਕੇ ਜਦੋਂ ਕਿ ਮੈਂ 2 ਰੁਪਏ ਕੱਲੀ ਤੜਾਈ ਦੇ ਕੇ ਗਿਆ ਹਾਂ, 2 ਰੁਪਏ ਕੱਲੀ 2.5 ਰੁਪਏ ਤੜਾਈ ਦੇ ਕੇ, 2.5 ਰੁਪਏ ਤੇ 6 ਰੁਪਏ ਵਿਕੇ ਨੇ, 4.5 ਰੁਪਏ ਕੱਲੀ ਤੜਾਈ ਤੋਂ ਬਾਅਦ ਬਚੇ ਨੇ ਤੇ ਮੇਰਾ ਸਾਰਾ ਖਰਚਾ ਪੂਰਾ ਕਰਕੇ ਮੇਰਾ ਖਰਚਾ ਨਹੀਂ ਪੂਰਾ ਹੋਇਆ। ਮੈਂ ਦੱਸੋ ਇਹਨਾਂ ਨੂੰ ਕਿੱਥੋਂ ਦੇ ਦਿਆਂ? ਲਸਣ ਬੀਜਿਆ ਮੈਂ, ਜਿਹੜੇ ਕਹਿੰਦੇ ਨਾ ਪੰਜਾਬੀ ਮਿਹਨਤ ਨਹੀਂ ਕਰਦੇ, ਦੱਸੋ ਕੀ ਕਰੀਏ? ਜਾ ਕੇ ਵੇਖੋ ਮੇਰੇ ਘਰੇ ਡਾਡਾ ਮੋਟਾ ਲਸਣ, ਕਿੱਲਾ ਲਸਣ ਬੀਜਿਆ, ਇੱਕ ਟੱਕਾ ਨਹੀਂ ਵਿੱਚ ਛੱਡਿਆ ਸਾਰਾ। ਬੰਦ ਕਰਦੇ ਯਾਰ ਇੱਕ ਮਿੰਟ, ਐਡਾ ਮੋਟਾ ਲਸਣ ਪਿਆ ਹੈ ਮੇਰੇ ਘਰੇ ਪਿਆ ਹੈ, ਅੱਜ ਮੈਂ ਉਹਨੂੰ 2 ਰੁਪਏ ਕਿਲੋ ਦੀ ਪਟਾਈ ਦੇ ਕੇ ਪਟਾਇਆ ਹੈ, ਲੇਬਰ ਲਾਉਣਾ ਆ, ਉਹ ਕਹਿੰਦੇ 3 ਕਿਲੋ ਬਣਵਾਈ ਦੇ, 5 ਰੁਪਏ ਹੋ ਗਿਆ, 5 ਰੁਪਏ ਮੈਂ ਪਟਾਈ ਤੇ ਬਣਵਾਈ ਦੇ ਕੇ ਫਿਰੋਜ਼ਪੁਰ ਜਾ ਕੇ 6 ਰੁਪਏ ਵੇਚ ਆਉਣਾ, ਇਹਨਾਂ ਨੂੰ ਮੈਂ ਸਿਰ ਖਸਮਾ ਨਾ ਦਿਆਂ? ਕਿੱਥੋਂ ਦਈਏ ਅਸੀਂ? ਦੁੱਧ ਦਾ ਸਾਡਾ ਰੇਟ ਨਹੀਂ, ਮਟਰਾਂ ਦਾ ਸਾਡਾ ਰੇਟ ਨਹੀਂ, ਮਿਰਚ ਦਾ ਸਾਡਾ ਰੇਟ ਨਹੀਂ, ਲਸਣ ਦਾ, ਜਦੋਂ ਸਾਡੀ ਫਸਲ ਦਾ ਰੇਟ ਹੈ ਨਹੀਂ ਤੇ ਇਹਨਾਂ ਨੂੰ ਕਿੱਥੋਂ ਦਈਏ? ਅੱਜ ਮਟਰ ਮਿਰਚ ਜਿਹੜੀ, ਅੱਜ ਮਿਰਚ ਜਿਹੜੀ ਉਹ 5 ਰੁਪਏ 6 ਰੁਪਏ ਵੀ ਨਹੀਂ ਹੈਗੀ। ਭਾਉ ਕਹਿ ਰਹੇ ਨਾ 5 ਰੁਪਏ, ਅੱਜ ਮਿਰਚ ਤੋੜ ਕੇ ਲੈ ਜਾਓ, ਉਹਨੂੰ ਕੋਈ ਲੈਂਦਾ ਨਹੀਂ ਪਿਆ। ਉਹਨਾਂ ਨੂੰ ਕਹੋ 2 ਰੁਪਏ ਮੈਂ ਤੜਾਈ ਦੇ ਕੇ ਲਿਆਇਆ, ਆਹ ਗੱਟਾ ਮੇਰਾ, ਗੱਟਾ ਮੁਫ਼ਤ ਲੈ ਲਓ, ਕਹਿੰਦੇ ਨਹੀਂ ਲੈਣੀ ਨਹੀਂ, ਜੇ ਸੱਟ ਕੇ ਆ ਜਾਓਗੇ ਮਿਰਚਾਂ ਸਾਡੀਆਂ ਪਲਟ ਦੇਣਗੇ ਤੇ ਗੱਟਾ ਲੈ ਲੈਣਗੇ। ਇਹ ਹਾਲਤ ਦੇ, ਇਹਨਾਂ ਹਾਲਤਾਂ 'ਚ ਜਿਹੜੇ ਆਉਂਦੇ ਨੇ ਇਹਨਾਂ ਨੂੰ ਕਿੱਥੋਂ ਦਈਏ ਅਸੀਂ? ਇਹ ਸ਼ਰਮ ਇਹਨਾਂ ਨੂੰ ਵੀ ਚਾਹੀਦੀ ਹੈ, ਕਿਉਂਕਿ ਇਸੇ ਦੁਨੀਆਂ 'ਚ ਰਹਿੰਦੇ ਨੇ, ਇਹਨਾਂ ਨੂੰ ਵੀ ਸ਼ਰਮ ਚਾਹੀਦੀ ਹੈ। ਵੇਹਦੇ ਨਹੀਂ ਗੇ ਮੰਡੀਆਂ ਦਾ ਹਾਲ, ਇਹ ਵੇਹਦੇ ਨਹੀਂ ਗੇ ਕਿਸਾਨਾਂ ਦਾ ਹਾਲ। ਬੇਸ਼ੱਕ ਅਸੀਂ ਇਹਨਾਂ ਦੀ ਕਦਰ ਕਰਨੇ, ਇਹਨਾਂ ਦਾ ਅਸੀਂ ਗੁਨਾਹ ਨਹੀਂ ਮੰਨਦੇ, ਪਰ ਮੈਂ ਇਹ ਵੀ ਕਹਾਂਗਾ ਇਹੋ ਜਿਹੜੇ ਫੀਲਡ ਅਫਸਰ ਨੇ ਨਾ, ਇਹ ਚਮਚੇ ਨੇ ਬੈਂਕਾਂ ਦੇ, ਇਹੋ ਜਿਹੇ ਫੀਲਡ ਅਫਸਰ ਇਹ ਨੇ ਜ਼ਿੰਮੇਵਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ। ਜਦੋਂ ਕਿਸੇ ਦੇ ਘਰੇ ਆ ਕੇ ਦਾਬਾ ਮਾਰਨਗੇ ਵੀ ਤੇਰੀ ਜ਼ਮੀਨ ਲਾਮ ਹੋ ਜਾਣੀ ਹੈ, ਤੇਰੀ ਪਿੰਡ 'ਚ ਬਦਨਾਮੀ ਹੋ ਜਾਣੀ ਹੈ, ਤੈਨੂੰ ਸਜ਼ਾ ਹੋ ਜਾਣੀ ਹੈ, ਉਹ ਜੱਟ ਇਹਨਾਂ ਤੋਂ ਡਰਿਆ ਕੀ ਕਰਦਾ? ਅੰਦਰ ਵੜ ਕੇ ਦਵਾਈ ਪੀ ਲੈਂਦਾ, ਅੰਦਰ ਵੜ ਕੇ ਫਾਹ ਲੈ ਲੈਂਦਾ। ਅਸੀਂ ਇਹਨਾਂ ਨੂੰ ਇਹ ਅੱਜ ਵੀ ਇਹਨਾਂ ਨੂੰ ਅਸੀਂ ਕੋਈ ਉਨੀ ਕੀ ਨਹੀਂ ਕਰਨੀ ਇਹਨਾਂ ਦੇ ਜਾਤ ਦੇ ਖਿਲਾਫ, ਸਾਡਾ ਤੇ ਸਰਕਾਰ ਦਾ ਰੌਲਾ, ਇਹ ਸਰਕਾਰ ਦੇ ਬਣ ਕੇ ਆਏ ਨੇ ਅਸੀਂ ਕਿਸਾਨਾਂ ਦੇ। ਪਰ ਇਹ ਗੱਲ ਪੱਕੀ ਏ ਵੀ ਜਿਹੜੇ ਬੈਂਕਾਂ ਦੇ ਚਮਚੇ ਨੇ, ਇਹੋ ਜਿਹੇ ਫੀਲਡ ਅਫਸਰ, ਇਹ ਕਾਰਨ ਬਣਦੇ ਨੇ ਕਿਸਾਨਾਂ ਦੀ ਖੁਦਕੁਸ਼ੀ ਦਾ। ਘਰੇ ਆ ਕੇ ਡਰਾਉਂਦੇ ਨੇ ਕਿਸਾਨਾਂ ਨੂੰ, ਤੁਹਾਡੀ ਜ਼ਮੀਨ ਨਿਲਾਮ ਹੋ ਜਾਏਗੀ, ਇਹ ਹੋ ਜਾਏਗਾ, ਵੋ ਹੋ ਜਾਏਗਾ। ਦੱਸੋ ਅਸੀਂ ਕਿੱਥੋਂ? ਮੈਂ ਇੱਕ ਗੱਲ ਪੁੱਛਣਾ, ਜਿਹੜੇ ਤੁਸੀਂ ਹੋ ਸਕਦਾ ਕੋਈ, ਮੈਂ ਕਿਹੜਾ ਐਡਾ ਲੀਡਰ ਆ ਵੀ ਮੇਰੀ ਵੀਡੀਓ ਵੇਖਦੇ ਪਏ ਹੋਣ? ਸਾਰੇ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਨੌਜਵਾਨ ਜਿਹੜਾ ਜਿਹੜੇ ਵੱਖ, ਸਾਰੇ ਪੰਜਾਬ 'ਚੋਂ ਇੱਕ ਨੌਜਵਾਨ ਖੜਾ ਹੱਥ ਕਰਕੇ ਦੱਸਦੇ ਵੀ ਸਾਡੀ ਫਸਲ ਦਾ ਰੇਟ ਕਿਵੇਂ ਤੈਅ ਹੁੰਦਾ? ਕਿਸੇ ਨੂੰ ਪਤਾ ਸਾਡੀ ਫਸਲ ਦਾ ਰੇਟ ਕਿਤੇ ਕਿਵੇਂ ਹੁੰਦਾ? ਸਾਡੀ ਫਸਲ ਦਾ ਰੇਟ ਤੈਅ ਹੁੰਦਾ, ਸਾਡਾ ਉਹਦੇ ਠੇਕਾ ਲਾਉਂਦੇ ਨੇ, ਸਾਡੇ ਉਹਦੇ ਖਰਚੇ ਲਾਉਂਦੇ ਨੇ, ਟਰੈਕਟਰ ਦੀ ਟੁੱਟ ਭੱਜ, ਬੀ, ਖਾਦ, ਉਹ ਲਾ ਕੇ ਸਾਡੀ ਫਸਲ ਦਾ ਰੇਟ ਤੈਅ ਕਰਦੇ ਨੇ। ਮੇਰੀ ਇਹ ਗੱਲ 100% ਸਹੀ ਨਹੀਂ ਹੋ ਸਕਦੀ ਵੀ ਹੁਣ ਥੋੜ੍ਹਾ ਬਦਲਿਆ ਆ, ਪਰ ਸਾਡੂ ਜ਼ਮੀਨ ਦਾ ਠੇਕਾ ਪਤਾ ਕੀ ਲਾਉਂਦੇ ਨੇ? 11,000 ਰੁਪਇਆ। ਦੱਸੋ 11,000 ਰੁਪਇਆ ਦੀ ਕਿੱਥੇ ਜ਼ਮੀਨ ਮਿਲਦੀ ਹੈ? ਸਾਡੀ ਲੇਬਰ ਕਿੰਨੀ ਲਾਉਂਦੇ ਨੇ? 900 ਰੁਪਇਆ ਇਕੱਲੇ ਝੋਨੇ ਦੀ ਲਵਾਈ, 2,000 ਤੇ ਸਾਡੀ ਸਾਰੀ ਲੇਬਰ 900 ਰੁਪਇਆ। ਇੱਕ ਕਿੱਲੇ ਪਿੱਛੇ ਜ਼ਿਮੀਦਾਰ ਨੂੰ ਮਿਹਨਤ ਕੀ ਦਿੰਦੇ ਨੇ? 600 ਰੁਪਇਆ, 400 ਰੁਪਇਆ ਦਿਹਾੜੀ ਤੇ 600 ਰੁਪਇਆ 6 ਮਹੀਨਿਆਂ ਦੀ ਲੇਬਰ। ਅਸੀਂ 3 ਬੋਰੀਆਂ DAP ਯੂਰੀਆ ਪਾ ਜਾਂਦੇ ਹਾਂ, 3 ਬੋਰੀਆਂ ਯੂਰੀਆ ਜਿਹੜੀ ਤਕਰੀਬਨ 1,000 ਰੁਪਏ ਦੀ ਬਣਦੀ ਹੈ, ਤੇ ਸਾਰਾ ਸਾਨੂੰ 1,200 ਰੁਪਇਆ ਦਿੰਦੇ ਨੇ ਉਹਦਾ ਸਾਰੇ ਕਦਮ।